ਹਾਂਜੀ ਭਵਨ ਕੰਗ੍ਰੈਚੁਲੇਸ਼ਨ ਤੁਹਾਨੂੰ ਬਹੁਤ-ਬਹੁਤ ਥੈਂਕ ਯੂ ਸੋ ਮੱਚ ਸਰ ਤੇ ਭਵਨ ਕਿਦਾਂ ਸੀ ਐਗਜ਼ਾਮ ਤੁਹਾਡਾ ਸਰ ਮੇਰਾ 4th ਆਫ ਮਾਰਚ ਕੱਲ ਨੂੰ ਐਗਜ਼ਾਮ ਸੀ ਤੁਹਾਡਾ ਹਾਂਜੀ ਹਾਂਜੀ ਤੇ ਕਿਹੜੇ ਸੈਂਟਰ ਦੇ ਵਿੱਚ TUVS ਸਾਊਥ ਏਸ਼ੀਆ ਲੈਬ 1 ਓਕੇ ਤੇ ਐਗਜ਼ਾਮ ਤੁਹਾਡਾ ਕਿੰਨਾ ਸੀਗਾ ਇਹ 5th ਅਟੈਂਪਟ ਸੀ ਸਰ ਮੇਰਾ ਪੰਜਵਾਂ ਐਗਜ਼ਾਮ ਸੀ ਤੁਹਾਡਾ ਪੀਡੀ ਕੀਤੀ ਕੱਲੀ ਉਦੋਂ ਪਹਿਲਾਂ ਤੋਂ ਕੁਝ ਕੀਤਾ ਤਾਂ ਨਹੀਂ ਤੁਸੀਂ ਨਹੀਂ ਨਹੀਂ ਸਰ ਆਲਸ ਵੀ ਕਰੀਏ ਦੋ ਵਾਰ ਆਲਸ ਵੀ ਕੀਤੀ ਹੈ ਤੁਸੀਂ ਦੋ ਵਾਰ ਅੰਤ ਦਾ ਐਗਜ਼ਾਮ ਦਿੱਤਾ ਹਾਂਜੀ ਹਾਂਜੀ ਮੈਂ ਨਾ ਫਿਰ ਤਾਂ ਪੇਪਰ ਹੀ ਬਹੁਤ ਬਣ ਕੇ ਤੁਹਾਡੇ 5 ਸੱਤ ਦੇ ਉੱਪਰ ਸੱਤ ਤਾਂ ਵੀ ਅੱਠਵਾਂ ਵੀ ਪੇਪਰ ਸੀ ਇਹ ਹਾਂਜੀ ਹਾਂਜੀ ਸਰ ਓਕੇ ਅੱਠ ਪੇਪਰ ਸੀ ਤੁਹਾਡੇ ਤੇ ਮੈਨੂੰ ਇੱਕ ਚੀਜ਼ ਦੱਸੋ ਕਿੰਨਾ ਟਾਈਮ ਹੋ ਗਿਆ ਪੀਟੀ ਕਰਦਿਆਂ ਨੂੰ ਹੋ ਗਿਆ ਸਰ ਮੈਨੂੰ 1.5 ਦੋ ਸਾਲ ਹੋ ਗਿਆ 2 ਸਾਲ ਹੋ ਗਏ ਪੀਟੀ ਕਰਦਿਆਂ ਨੂੰ ਹਾਂਜੀ ਹਾਂਜੀ ਇਕਰੀਆਂ ਚਲੇ ਗਮ ਜੀ ਸਰ ਤੇ ਇੱਕ ਬੜੀ ਮਹਣੀ ਚੀਜ਼ ਦੱਸੋ ਵੀ ਕੀ ਚੀਜ਼ ਆ ਵੀ ਜਿਹੜੀ 2 ਸਾਲ ਤੱਕ ਪੀਟੀ ਇੱਕ ਜਿਹੜੇ ਐਲਸ ਕੀਤੀ ਹੁੰਦੀ ਬੱਚੇ ਦਾ ਲੈਵਲ ਤਾਂ ਕਿੰਨੇ ਨੂੰ ਸਟਰੋਂਗ ਬਟ ਇਹੋ ਜੀ ਕੀ ਚੀਜ਼ ਸੀ ਵੀ ਇੰਨਾ ਟਾਈਮ ਸਰ ਬਸ ਸਹੀ ਗਾਈਡੈਂਸ ਨਹੀਂ ਮਿਲਦੀ ਪਈ ਸੀ ਜਿਹੜੀ ਗਾਈਡੈਂਸ ਤੁਸੀਂ ਦਈਓ ਕਿਸੇ ਕੋਲ ਮੈਨੂੰ ਲੱਗਦਾ ਹੈ ਨਹੀਂ ਦੇਖਣ ਨੂੰ ਮਿਲੀ ਨਹੀਂ ਮੈਨੂੰ ਬਬਨ ਸਹੀ ਦੱਸਿਓ ਕਿੰਨਾ ਟਾਈਮ ਲਾਇਆ ਪੀਟੀ ਤੇ ਮੇਰੇ ਕੋਲੇ 15 ਕਿ ਦਿਨ ਲਾਇਆ ਨੇ ਸਰ ਮਿਨੀਮਮ 11 ਡੇਸ ਵਿੱਚੋ ਛੁੱਟੀਆਂ ਕਰ ਲੀਆਂ ਹਾਂਜੀ ਹਾਂਜੀ ਸੈਟਰਡੇ ਸੰਡੇ ਛੁੱਟੀ ਤੇ ਜਦੋਂ ਤੁਸੀਂ ਮੇਰੇ ਕੋਲ ਕਲਾਸਾਂ ਲਈਆਂ ਸੀਗੀਆਂ ਠੀਕ ਹੈ ਕੀ ਕੁਐਸਚਨ ਹੁੰਦਾ ਸੀ ਬਬਨ ਦਾ ਸਰ ਨੰਬਰ ਆ ਜਾਣਗੇ ਹਾਂਜੀ ਸਰ ਕੋਈ ਜੁੰਦਾ ਵੀ ਭਵਨ ਕਿੰਨੇ ਸਕੋਰ ਆਇਆ ਤੁਹਾਡੇ ਸਰ ਮੇਰੇ 61 ਨੇ 61 ਆਇਆ ਨਾਟ ਲੈਸਨ ਅ ਨਾਟ ਲੈਸਨ 71 58 ਹਾਈਸਟ 71 ਨਾਟ ਲੈਸਨ 6.5 ਹਾਂਜੀ 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 ਕੋਈ 58 ਤੋਂ ਨੀਚੇ ਨਹੀਂ ਹੈਗਾ ਮੀਡਲ ਤੁਹਾਡਾ ਨਹੀਂ 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 ਸਰ ਸਪੀਕਿੰਗ ਇੱਥੇ ਗਈ ਆ ਸਪੀਕਿੰਗ ਸਰ ਮੇਰੇ 71 71 ਤੇ ਸਪੀਕਿੰਗ ਗਈ ਆ ਪਹਿਲਾਂ ਕਿੰਨੀ ਰੇਤੀ ਸੀ ਪਹਿਲਾਂ 60 ਤੋਂ ਬਵ 60 60 ਦੀ ਰਹਿੰਦੀ ਸੀਗੀ ਹਾਂਜੀ 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 ਕੀ ਥੱਲੇ ਰਹਿਣ ਦਾ ਕੀ ਕਾਰਨ ਸੀ ਪਹਿਲਾਂ ਕਿਵੇਂ ਸਰ ਸਪੀਕਿੰਗ ਥੱਲੇ ਰਹਿਣ ਦਾ ਕੀ ਕਾਰਨ ਸੀ ਪਹਿਲਾਂ ਸਰ ਬਸ ਟੈਂਪਲੇਟਸ ਨਹੀਂ ਮਿਲ ਸਹੀ ਸੀਗੇ ਜਾਂ ਮਤਲਬ ਵੇ ਨਹੀਂ ਵਧੀਆ ਮਿਲਦਾ ਸੀਗਾ ਸਪੀਕਿੰਗ ਕਰਨੇ ਦਾ ਟੀਚਰ ਨਹੀਂ ਵਧੀਆ ਮਿਲਦਾ ਸੀ ਇੱਕ ਨਾ ਜਦੋਂ ਸਭ ਤੋਂ ਮੇਨ ਚੀਜ਼ ਸੀਗੀ ਥੋੜਾ ਫਲੋ ਵੀ ਬਹੁਤ ਤੇਜ਼ ਸੀਗਾ ਹਾਂਜੀ ਹਾਂਜੀ ਸਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪੜ੍ਹਦੇ ਸੀ ਨਾ ਇੱਕ ਬੁੱਕਿਆਂ ਦਾ ਬੰਦਾ ਜ਼ਿਆਦਾ ਟਾਈਮ ਤੋਂ ਪ੍ਰੈਕਟਿਸ ਕਰਦਾ ਪਿਆ ਜਦੋਂ ਉਹ ਆਪਦਾ ਐਗਜ਼ਾਮ ਪਰਫਾਰਮ ਕਰਦਾ ਉਹਦੀ ਆਟੋਮੈਟਿਕਲੀ ਸਪੀਡ ਫਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੁਸੀਂ ਮੇਰੇ ਕੋਲ ਪਹਿਲੇ ਦਿਨ ਆਏ ਹਨਾ ਪਰਫਾਰਮੈਂਸ ਤੁਹਾਡੀ ਬਹੁਤ ਚੰਗੀ ਸੀਗੀ ਬਹੁਤ ਵਧੀਆ ਸੀ ਜਦੋਂ ਮੈਂ ਤੁਹਾਡਾ ਟੈਸਟ ਵਗੈਰਾ ਵੀ ਚੈੱਕ ਕੀਤੇ ਬਟ ਉਹਦੇ ਵਿੱਚ ਨਾ ਇੱਕ ਪ੍ਰੋਬਲਮ ਇਹ ਸੀਗੀ ਜਦੋਂ ਤੁਸੀਂ ਪਰਫਾਰਮ ਕਰਦੇ ਸੀਗੇ ਤੁਸੀਂ ਤੇਜ਼ ਬਹੁਤ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਸੀ ਮੈਂ ਸਪੀਡ ਫੜ ਲਈ ਬਹੁਤ ਤੇਜ਼ ਹੋ ਜਾਂਦੀ ਸੀ ਤੁਸੀਂ ਉਹ ਚੀਜ਼ ਕਿਤੇ ਨਾ ਕਿਤੇ ਨਾ ਤੁਹਾਡੇ ਸਕੋਰ ਨਾ ਆਉਣ ਦਾ ਕਾਰਨ ਬਣਦੀ ਪਈ ਸੀ ਬਿਕੋਜ਼ ਪਾਉਜ਼ ਬਹੁਤ ਜ਼ਰੂਰੀ ਹੈ ਪਾਉਜ਼ ਲੈਣ ਨਾਲ ਸਪੀਕ ਇਹੀ ਲੱਗਦਾ ਸੀਗਾ ਜੋ ਇੰਨੇ ਟਾਈਮ ਦੇ ਵਿੱਚ ਪਤਾ ਨਹੀਂ ਲੱਗਦਾ ਪਿਆ ਸੀਗਾ ਤੇ ਸਭ ਤੋਂ ਮੇਨ ਚੀਜ਼ ਬਬਨ ਸਪੀਕਿੰਗ ਜੋ ਕੋਈ ਚੀਜ਼ ਰਿਪੀਟ ਹੋਈ ਐ ਇਗਜ਼ਾਮ ਚ ਹਾਂਜੀ ਸਰ ਇੱਕ ਮੈਨੂੰ ਰਿਪੀਟ ਸੈਂਟੈਂਸ ਰਿਪੀਟ ਹੋਇਆ ਸੀ ਤੇ ਇੱਕ ਡਿਸਕ੍ਰਾਈਬ ਇਮੇਜ ਐਚ ਇੱਕ ਰਿਪੀਟ ਸੈਂਟੈਂਸ ਇੱਕ ਡਿਸਕ੍ਰਾਈਬ ਐਪੀ ਯੂ ਨਿਚੋ ਹਾਂਜੀ ਹਾਂਜੀ ਐਪੀ ਯੂ ਨਿ ਤੇ ਲਿਸਨਿੰਗ ਦੇ ਵਿੱਚ ਕੁਛ ਰਿਪੀਟ ਹੋਇਆ ਲਿਸਨਿੰਗ ਦੇ ਵਿੱਚ ਤਾਂ ਸਰ ਕੁਛ ਨਹੀਂ ਰਿਪੀਟ ਹੋਇਆ ਮੈਨੂੰ ਲਿਸਨਿੰਗ ਸੌਰੀ ਬਰੋਂ ਸੀਗੀ ਹਾਂਜੀ 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 ਇਗਜ਼ਾਮ ਓਵਰਆਲ ਕਿਵੇਂ ਸੀਗਾ ਟਫੀਆ ਸੀਗਾ ਕਿਵੇਂ ਸੀਗਾ ਨਹੀਂ ਸਰ ਈਜ਼ੀ ਟੂ ਮੋਡਰੇਟ ਨਾਰਮਲ ਜਿਵੇਂ ਹਾਂਜੀ 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 ਤੇ ਸਭ ਤੋਂ ਮੇਨ ਚੀਜ਼ ਬਬਨ ਜਦੋਂ ਤੁਸੀਂ ਪ੍ਰੈਕਟਿਸ ਕੀਤੀ ਹੈ ਹੁਣ ਠੀਕ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਯੂਜ਼ ਕੀਤੀਆਂ ਪ੍ਰੈਕਟਿਸ ਟਾਈਮ ਦੇ ਵਿੱਚ ਪ੍ਰੈਕਟਿਸ ਟਾਈਮ ਸਰ ਮੈਂਨੇ ਤੁਹਾਡੇ ਵਾਲੇ ਟੈਂਪਲੇਟ ਯੂਜ਼ ਕਰੇ ਸੀਗੇ ਤੇ ਐਪ ਯੂਨੀ ਯੂਜ਼ ਕਰੀ ਸੀ ਤੁਹਾਡੀ ਗਾਈਡੈਂਸ ਯੂਜ਼ ਕਰੀ ਸੀ ਬਸ ਸਾਈਡ ਤੋਂ ਪ੍ਰੈਕਟਿਸ ਤੇ ਆਫਲਾਈਨ ਪ੍ਰੈਕਟਿਸ ਕਿੰਨੀ ਕਰਦੇ ਸੀਗੇ ਸਾਈਡ ਤੋਂ ਹਟ ਕੇ ਆਫਲਾਈਨ ਪ੍ਰੈਕਟਿਸਰ ਮੈਂ ਬੁੱਕਸ ਵਗੈਰਾ ਰੀਡ ਕਰਦੀ ਸੀ ਨਾਰਮਲੀ ਤੇ ਐਪ ਯੂਨੀ ਤੋਂ ਤਾਂ ਕੁਝ ਵੀ ਨਹੀਂ ਕਰਦੀ ਸੀਗੀ ਪਰ ਬੁੱਕਸ ਵਗੈਰਾ ਜ਼ਿਆਦਾ ਰੀਡ ਕਰਦੇ ਸੀਗੇ ਹਾਂਜੀ 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 ਮੌਕ ਟੈਸਟ ਚ ਕਿੰਨੇ ਕ ਸਕੋਰਿੰਗ ਆ ਜਾਂਦੀ ਬਬਨ ਤੁਹਾਡੀ ਸਰ 60 ਅਬਵ ਤੇ 65 ਤੱਕ ਰਹਿੰਦੀ ਸੀ ਸਰ 62 ਤੇ ਜੇ ਮੈਂ ਆਪਾਂ ਐਪ ਯੂਨੀ ਨਾਲ ਕੰਪੇਅਰ ਕਰਕੇ ਵੀ ਉਹਦੇ ਤਾਂ ਵੀ ਇੰਨੀ ਔਖੀ ਐਪ ਯੂਨੀ ਜਾਂ ਇੰਨੀ ਸੌਖੀ ਐਪ ਯੂਨੀ ਤੇ ਐਗਜ਼ਾਮ ਉਹਦੇ ਅਕੋਰਡਿੰਗ ਹੀ ਆ ਰਿਹਾ ਨਹੀਂ ਨਹੀਂ ਸਰ ਉਸ ਤੋਂ ਤਾਂ ਬਹੁਤ ਡਿਫਰੈਂਸ ਹੈ ਅੱਛਾ ਮਤਲਬ ਕੰਪੇਅਰ ਨਹੀਂ ਕਰ ਸਕਦੇ ਆਪਾਂ ਨਹੀਂ ਨਹੀਂ ਸਰ ਬਲਕਿ ਤੇ ਇਗਜ਼ਾਮ ਦੇ ਵਿੱਚ ਤੁਸੀਂ ਇਗਜ਼ਾਮ ਪਰਫਾਰਮ ਕਰਦੇ ਪਏ ਸੀਗੇ ਐਦ ਕੀ ਜੋ ਤੁਸੀਂ ਇਗਜ਼ਾਮ ਦੇ ਵਿੱਚ ਫੇਸ ਕੀਤਾ ਤੇ ਪਹਿਲਾਂ ਜੋ ਇਗਜ਼ਾਮ ਤੁਸੀਂ ਪਰਫਾਰਮ ਕਰਦੇ ਪਏ ਸੀਗੇ ਤੇ ਐਦ ਕੀ ਜੋ ਤੁਸੀਂ ਇਗਜ਼ਾਮ ਪਰਫਾਰਮ ਕੀਤਾ ਤੁਹਾਨੂੰ ਕੀ ਲੱਗਿਆ ਵੀ ਕੋਈ ਡਿਫਰੈਂਸ ਸੀਗਾ ਵੀ ਜੋ ਹੁਣ 2024 ਦੇ ਵਿੱਚ ਕੀ ਸੇਮ ਐਜ਼ ਇਟ ਇਜ਼ ਕੋਈ ਲੱਗਿਆ ਨਹੀਂ ਇਦਾਂ ਦੀ ਚੀਜ਼ਾਂ ਨਹੀਂ ਸਰ ਮੈਨੂੰ ਤਾਂ ਵੈਸੇ ਲੱਗਿਆ ਨਹੀਂ ਡਿਫਰੈਂਸ ਤਾਂ ਨਹੀਂ ਸੀ ਕੋਈ ਕਈ ਕਈ ਕਹੀ ਜਾਂਦੇ ਆ ਨਾ ਰੋਲਾ ਬਾਲਾ ਪਈ ਜਾਂਦਾ ਵੀ ਚੇਂजेस ਹੋ ਗਈਆਂ ਆ ਹੋ ਗਿਆ ਉਹ ਹੋ ਗਿਆ ਪੇਪਰ ਹੈ ਮੈਂ ਕਹਾਂ ਵੀ ਹੁਣ ਰੀਸੈਂਟ ਬੱਚੇ ਦਾ ਰਿਵਿਊ ਦਵਾਉਣਾ ਜਿਨੇ ਹਸਾ ਇੱਕ ਤਾਂ ਨਹੀਂ ਹੋਇਆ ਪੇਪਰ ਦਿੱਤੇ ਹੋਏ ਮੈਨੂੰ ਨਹੀਂ ਨਹੀਂ ਜੀ ਫਿਰ ਪਤਾ ਲੱਗੂਗਾ ਵੀ ਕੀ ਉਹਦੀ ਪਰਫਾਰਮੈਂਸ ਸੀਗੀ ਤੇ ਸਭ ਤੋਂ ਮੇਨ ਚੀਜ਼ ਇਹ ਹੈ ਵੀ ਤੁਹਾਨੂੰ ਕੋਈ ਡਿਫਰੈਂਸ ਐਗਜ਼ਾਮ ਚ ਦੇਖਣ ਨੂੰ ਨਹੀਂ ਮਿਲਿਆ ਨਹੀਂ ਨਹੀਂ ਸਰ ਸਾਰਾ ਜੋ ਪੇਪਰ ਪਹਿਲਾਂ ਆ ਰਿਹਾ ਸੀ ਸੇਮ ਐਜ਼ ਇਟ ਇਜ਼ ਆ ਰਿਹਾ ਸੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਮੇਨ ਚੀਜ਼ ਇਹ ਹੁੰਦੀ ਹੈ ਇੱਕ ਤਾਂ ਚਲੋ ਬੱਚੇ ਦੇ ਸਕੋਰ ਤਾਂ ਆਉਂਦੀ ਰਹਿੰਦੇ ਆ ਇੱਕ ਉਹ ਬੱਚਾ ਜਿਹਨੂੰ ਇੰਨੇ ਟਾਈਮ ਤੋਂ ਸਟਰਗਲ ਕੀਤਾ ਵਾ ਤੇ ਹੁਣ ਉਹਦੇ ਅੱਗੇ ਸਕੋਰ ਆਏ ਆ ਬਸ ਬਹੁਤ ਕੁਝ ਨਜ਼ਰ ਹੈ ਕੋਈ ਅੰਤ ਹੀ ਨਹੀਂ ਹੈ ਮੰਮਾ ਹੀ ਕੁਲੀ ਹਾਂਜੀ ਹਾਂਜੀ ਹੈਗੇ ਨੇ ਚੱਕ ਰਵਾਓ ਗੱਲ ਸਰ ਮੰਮਾ ਨਾਲ 1 ਮਿੰਟ ਕੁਰੀਆਤ ਸਸਰੀ ਕਾਂ ਸਰ ਜੀ ਸਸਰੀ ਕਲ ਜੀ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਵਧੀਆ ਸੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਵਧਾਈਆਂ ਸਰ ਮੈਂ ਕਿਹਾ ਵੀ ਅੰਤੋਂ ਫੋਨ ਲਾਇਆ ਸੀਗਾ ਅੰਕਲ ਕਹਿੰਦੇ ਸੀਗੇ ਵੀ ਬੱਚੀ ਦੇ ਬੈਂਡ ਲਿਆ ਦਿਓ ਬਹੁਤ ਟਾਈਮ ਹੋ ਗਿਆ ਹਾਂਜੀ ਹਾਂਜੀ ਮੈਂ ਕਿਹਾ ਵੀ ਆਦਕੀ ਫਿਰ ਲਿਆ ਹੀ ਦੇਨੇ ਆ ਬਣਤ ਬਹੁਤ ਖੁਸ਼ ਹੈ ਡਿਊਟੀ ਤੇ ਗਏ ਹੋਏ ਆ ਬਹੁਤ ਜ਼ਿਆਦਾ ਖੁਸ਼ ਹੈ ਨਾ ਬਹੁਤ ਕਿੰਨਾ ਟਾਈਮ ਹੋ ਗਿਆ ਪੀਟੀ ਕਰਦੇ ਨੇ ਇਹਨੂੰ ਇਹਨੂੰ ਸਰ ਪਲੱਸ 2 ਤੋਂ ਬਾਅਦ ਜਦ ਹੀ ਲਗਾ ਦਿੱਤੀ ਇਹਨੇ ਦੋ ਸਾਲ ਹੋ ਗਏ ਦੋ ਸਾਲ ਤੋਂ ਉੱਪਰ ਪੇਪਰ ਦਿੱਤਾ ਨੇ ਹੁਣ ਪੀਟੀ ਦਾ ਜਿਹੜੀ ਦਿੱਤਾ ਤੇ ਨਾ ਇੱਕ ਬਹੁਤ ਨਾ ਜਿਵੇਂ ਹੁਣ ਬੱਚਿਆਂ ਨੂੰ ਤਾਂ ਹੁੰਦਾ ਹੀ ਆ ਹੁਣ ਜਿਵੇਂ ਬਹੁਤ ਮਾਪੇ ਵੀ ਵਿਚਾਰੇ ਦੁਖੀ ਹੋ ਜਾਂਦੇ ਨੇ ਇਹਨਾਂ ਪੇਪਰ ਦਵਾ ਦਵਾ ਕੇ ਇਹਨਾਂ ਦੇ ਸਰ ਪੇਪਰ ਨਹੀਂ ਹੁੰਦੇ ਪੇਪਰ ਸਾਡੇ ਹੁੰਦੇ ਆ ਪੇਰੈਂਟਸ ਦੇ ਪੇਪਰ ਹੁੰਦੇ ਆ ਬਿਲਕੁਲ ਇਹ ਸਹੀ ਗੱਲ ਆ ਕਿਉਂਕਿ ਇਹਨਾਂ ਨੇ ਪੇਪਰ ਨਹੀਂ ਦੇਣੇ ਅਸੀਂ ਦੇਣੇ ਆ ਸਹੀ ਗੱਲ ਆ ਜੀ ਬਹੁਤ ਸਹੀ ਗੱਲ ਆ ਤੇ ਕਿਵੇਂ ਮੈਮ ਤੁਹਾਨੂੰ ਹੁਣ ਕਿਵੇਂ ਲੱਗਦਾ ਪੋਰ ਐਗਜ਼ਾਮਪਲ ਹੁਣ ਕੀ ਸਰ ਬਹੁਤ ਵਧੀਆ ਲੱਗਦਾ ਬਹੁਤ ਜ਼ਿਆਦਾ ਅਚੀ ਫੀਲਿੰਗ ਆਂਦੀ ਐ ਅੱਛਾ ਅੱਗੇ ਫਿਚਰ ਦਿਖਦਾ ਬੱਚੇ ਸਾਡੀ ਜਿੰਦਗੀ ਜਿਹੜੀ ਨਿਕਲ ਗਈ ਨਿਕਲ ਗਈ ਕਿ ਬੱਚਿਆਂ ਦੀ ਵਧੀਆ ਨਿਕਲ ਰਹੀ ਐ ਨਿਕਲੂਗੀ ਚਾਹੀਦੀ ਐ ਮੈਮ ਬਹੁਤ ਬਾਨੀ ਚਾਹੀਦੀ ਮੈਨੂੰ ਉਹ ਦਿਨ ਅੰਕਲ ਦਾ ਰਸਤਾ ਦਿਖਾਇਆ ਅੰਕਲ ਦੱਸਦੇ ਪੇਜਦੇ ਕਿ ਬਹੁਤ ਟਾਈਮ ਹੋ ਗਿਆ ਪੀਟੀ ਕਰਦਿਆਂ ਨੂੰ ਆਉਂਦੇ ਨੇ ਤੇ ਕਿ ਸਕੋਰ ਹੈ ਨਾ ਵੀ ਸਾਰੇ ਸੈਂਟਰ ਕੋਈ ਸੈਂਟਰ ਛੱਡਿਆ ਹੀ ਨਹੀਂ ਜਿੱਥੇ ਜਿੱਥੇ ਕੋਈ ਇੰਸਟੀਚਿਊਟ ਨਹੀਂ ਜਿਹੜਾ ਨਹੀਂ ਛੱਡਿਆ ਇਸਨੇ ਤੇ ਇੱਕ ਗੱਲ ਉਹ ਵੀ ਆ ਜਾਂਦੀ ਚਲੋ ਵੀ ਬੱਚੇ ਦਾ ਹਰੇਕ ਨਾਲ ਹੀ ਗੱਲ ਕਰੀਦੀ ਆ ਜਿਵੇਂ ਨਾ ਇਦਾਂ ਦੇ ਬੱਚੇ ਬਹੁਤ ਘੱਟ ਮਿਲਦੇ ਆ ਵੀ ਜਿਹੜੇ ਵਿਚਾਰੇ ਇੰਨੇ ਟਾਈਮ ਤੋਂ ਇਹ ਵੀ ਨਹੀਂ ਕਹਿ ਸਕਦੇ ਵੀ ਬੱਚਾ ਪੜਨ ਦਾ ਲਾਣੀ ਸੀਗਾ ਨਿਕ ਗੇ ਮੈਂ ਜਦੋਂ ਅੰਕਲ ਨਾਲ ਗੱਲ ਕੀਤੀ ਸੀ ਨਾ ਮੈਂ ਉਹਨਾਂ ਨਾਲ ਵੀ ਗੱਲ ਕਰਦੇ ਟਾਈਮ ਕਿਹਾ ਸੀਗਾ ਬੱਚਾ ਤੁਹਾਡਾ ਬਹੁਤ ਪੜਨ ਵਾਲਾ ਇਹ ਨਹੀਂਗਾ ਵੀ ਮਿਹਨਤ ਨਹੀਂ ਕਰਦਾਗਾ ਕਰਦਾ ਤਾਂ ਮਿਹਨਤ ਉਹ ਬਹੁਤ ਆ ਪਰ ਫਿਰ ਵੀ ਵਿਚਾਰੇ ਤੇ ਮੈਨੂੰ ਸਮਝ ਨਹੀਂ ਵੀ ਸਕੋਰ ਕਾਤੋਂ ਨਹੀਂ ਆ ਇੰਨਾ ਟਾਈਮ ਲੱਗ ਗਿਆ ਸਰ ਐਕਚੁਅਲੀ ਨਾ ਇਹਨੂੰ ਅੱਛੀ ਟੀਚਰ ਮਤਲਬ ਟੀਚਿੰਗ ਨਹੀਂ ਮਿਲੀ ਹੈਗੀ ਅੱਛੇ ਰੂਲਸ ਨਹੀਂ ਪਤਾ ਲੱਗੇ ਪੀਟੀ ਦੇ ਅੱਛਾ ਟੀਚਰ ਨਹੀਂ ਮਿਲਿਆ ਅੱਛੀ ਇਹਨੂੰ ਜ਼ਿਆਦਾ ਨਾ ਡੈਫੀਨੇਸ਼ਨ ਨਹੀਂ ਮਿਲੀ ਸਰ ਪੀਟੀ ਦੀ ਜਿਹੜੀ ਅੱਛੀ ਡੈਫੀਨੇਸ਼ਨ ਤੁਹਾਡੇ ਕੋਲੇ ਹੀ ਮਿਲੀ ਹੈ ਕੋਈ ਗੱਲ ਨਹੀਂ ਮੈਂ ਇੱਕ ਤਾਂ ਮੇਨ ਚੀਜ਼ ਉਹ ਵੀ ਹੁੰਦੀ ਆ ਹਨਾ ਜਦੋਂ ਤੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀਗੀ ਤੇ ਨਾ ਮੈਨੂੰ ਇੱਕ ਚੀਜ਼ ਕਹੀ ਬਬਨ ਦੇ ਮੰਮਾ ਨੇ ਵੀ ਕਿਹਾ ਸਰ ਜਦੋਂ ਬਬਨ ਪੇਪਰ ਦੇਣ ਚਲੀ ਗਈ ਨਾ ਮਾਰੇ ਦਾ ਨਾਂ ਹੀ ਯਾਦ ਹੁੰਦਾ ਸੀ ਬਸ ਬਾਬੇ ਦਾ ਕਾ ਯਾਦ ਹੁੰਦਾ ਸੀਗਾ ਤੇ ਉਹਨੇ ਹੀ ਐਗਜ਼ਾਮ ਕਲੀਅਰ ਕਰਵਾਇਆ ਇਹਦਾ ਮਾਰੇ ਦਾ ਹੀ ਹੁੰਦਾ ਦੇਖੋ ਬੱਚੇ ਬਹੁਤ ਵੇਪਰ ਦੇ ਕੇ ਆਉਂਦੇ ਆ ਪਰ ਇਹਦਾ ਵਾਕਸ਼ ਮਾਰਾ ਇਹਦੇ ਆਥੀ ਹੁੰਦਾ ਵੀ ਜਿਹੜੇ ਬੱਚੇ ਦੇ ਬੈਂਡ ਆਉਣੇ ਹੁੰਦੇ ਆ ਹਾਂਜੀ ਹਾਂ ਕਿਉਂਕਿ ਹਮ ਆਬਵੀਅਸਲੀ ਗੱਲ ਆ ਤੇ ਤੁਸੀਂ ਜਿੰਨੇ ਕੀਤੇ ਮੈਮ ਪਤਾ ਲੱਗਦਾ ਉਦੋਂ ਜਦੋਂ ਤੁਸੀਂ ਮੇਰੇ ਨਾਲ ਗੱਲ ਕਰਦੇ ਕਰਦੇ ਈਮੋਸ਼ਨਲ ਹੋ ਗਏ ਸੀ ਉਦੋਂ ਹਾਂਜੀ ਸਰ ਕਿ ਤੁਹਾਨੂੰ ਉਦੋਂ ਕਿੰਨੀ ਖੁਸ਼ੀ ਸੀਗੀ ਸਰ ਮੈਂ ਤਾਂ ਉਮੀਦ ਛੱਡੇ ਦਿੱਤੀ ਸੀ ਬਿਲਕੁਲ ਛੱਡਤੀ ਸੀ ਬਿਲਕੁਲ ਮੈਂ ਕਿਹਾ ਬਸ ਗਈ ਮੈਂ ਤਾਂ ਹੋ ਗਿਆ ਬਸ ਕੰਮ ਖਤਮ ਨਹੀਂ 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 ਇਦਾਂ ਥੋੜੀ ਹੁੰਦਾ ਮੈਮ ਕਿਉਂਕਿ ਗੱਲਬਾਤ ਕੀ ਹੁੰਦੀ ਆ ਹੁਣ ਜੇ 2 ਸਾਲ ਤੋਂ ਹਨਾ ਬਹੁਤ سارے ਬੱਚੇ ਇਦਾਂ ਦੇ ਹੁੰਦੇ ਆ ਹੁਣ ਪਤਾ ਗੱਲ ਕੀ ਹੁਣ ਜਦੋਂ ਤੁਸੀਂ ਗੱਲ ਕਰਦੇ ਪਏ ਆ ਤੁਹਾਨੂੰ ਦੇਖ ਕੇ ਬਹੁਤ ਸਾਰਿਆਂ ਨੂੰ ਪਤਾ ਲੱਗ ਜਾਂਦਾ ਇਹ ਵਿਚਾਰੇ ਮਾਪਿਓ ਦੀ ਸਿਚੁਏਸ਼ਨ ਕੀ ਹੁੰਦੀ ਆ ਹਨਾ ਜੀ ਸਭ ਕਿਵੇਂ ਰਹਿਦਾ ਵਾ ਠੀਕ ਆ ਨਾ ਇੱਕ ਬੱਚੇ ਨਾਲ ਹੁੰਦੀ ਆ ਤੇ ਬਾਕੀਆਂ ਨੂੰ ਅਗਲਾ ਆ ਜਾਂਦੀ ਵੀ ਧਿਆਨ ਦੇ ਦਈਏ ਹਾਂਜੀ ਬਿਲਕੁਲ ਜੀ ਜੈਸਾ ਨਾਲ ਧਿਆਨ ਉਹ ਤੇਰਾ ਚਾਹੀਦਾ ਹੈ ਉਹ ਵਧੀਆ ਤਰਾ ਪੜ੍ਹਨਾ ਚਾਹੀਦਾ ਬੱਚਿਆਂ ਨੂੰ ਅੱਛੀ ਆਪਣੇ ਫਿਚਰ ਬਾਰੇ ਸੋਚਣਾ ਚਾਹੀਦਾ ਹਾਂਜੀ ਬਿਲਕੁਲ ਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਥੈਂਕ ਯੂ ਇਹ ਬਧਾਈਆਂ ਹੁਣ ਤੁਹਾਨੂੰ ਇੱਕ ਵਾਰੀ ਫੇਰ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਹਾਂਜੀ ਫਬਰ ਹਾਂਜੀ ਸਰ ਸੋ ਬਹੁਤ ਵਧੀਆ ਲੱਗਿਆ ਬਾਬਾ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਇੱਕ ਨਿੱਕਾ ਜਿਹਾ ਜਿਹਾ ਰਿਵਿਊ ਬਣਾਉਣ ਦਾ ਕਾਰਨ ਇਹੀ ਸੀਗਾ ਚਲੋ ਰਿਵਿਊ ਤਾਂ ਆਪਾਂ ਬਹੁਤ ਬੱਚੇ ਦੇ ਬਣਾਏ ਆ ਠੀਕ ਹੈ ਨਾ 20 ਵਾਲੇ ਬੱਚੇ ਦਾ ਬਣਾ ਲਿਓ ਕਿਸੇ ਦਾ ਬਣਾ ਲਈਏ ਇੱਕ ਨਾ ਮਜ਼ਾ ਆ ਜਾਂਦਾ ਬੱਚੇ ਦਾ ਰਿਵਿਊ ਬਣਾਉਣ ਦਾ ਜਿਹੜੇ ਬੱਚੇ ਨੇ ਵਿਚਾਰਿਆਂ ਨੇ ਮਿਹਨਤ ਬਹੁਤ ਕੀਤੀ ਹੋਵੇ ਹਾਂ ਸੀ ਤੁਸੀਂ ਦੇਖਦੇ ਹੀ ਸੀਗੀ ਉਹ ਜਿਹੜੇ ਬੱਚਿਆਂ ਨੇ ਆਲਰੇਡੀ 4 4 5 5 ਅਟੈਂਪਟ ਦਿੱਤੇ ਹੁੰਦੇ ਆ ਉਹ ਜਿਹੜੇ ਡੀਮੋਟੀਵੇਟ ਹੋ ਕੇ ਬਹਿ ਜਾਂਦੇ ਆ ਕੀ ਪਤਾ ਤੁਹਾਡੀ ਇੱਕ ਵੀਡੀਓ ਦੇਖ ਕੇ ਉਹਨਾਂ ਦੇ ਅੰਦਰ ਵੀ ਇੱਕ ਹੋ ਜੇ ਵੀ ਹਾਂ ਕਰ ਸਕਦੇ ਆ ਮਿਹਨਤ ਕਰਕੇ ਕਰ ਸਕਦੇ ਆ ਠੀਕ ਹੈ ਨਾ ਸੋ ਥੈਂਕ ਯੂ ਸੋ ਮੱਚ ਐਂਡ ਕੰਗ੍ਰੈਚੁਲੇਸ਼ਨਸ ਬਹੁਤ ਬਹੁਤ ਤੁਹਾਨੂੰ ਭਵਨ ਠੀਕ ਹੈ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਸਰ